ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦੇ ਕਰਕੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨੇ, ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ। ਲੇਕਿਨ ਜਿਹੜੀਆਂ ਆਰਮੀ ਕੰਟੀਨ ਹੈਗੀਆਂ ਨੇ ਜਾਂ ਅਰਧ ਸੈਨਿਕ ਜਿਹੜੀਆਂ ਕੰਟੀਨਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਸਮਾਨ ਵਾ, ਦਾਵਾ ਕੀਤਾ ਜਾਂਦਾ ਕਿ ਉਹ ਸਮਾਨ ਜਿਹੜਾ ਵਾ ਲੋਕਾਂ ਨੂੰ ਸਸਤਾ ਮਿਲਦਾ ਵਾ, ਲੇਕਿਨ ਜਿਹੜੀਆਂ ਦੂਜੀਆਂ ਸ਼ੋਪਸ ਹੈਗੀਆਂ ਨੇ ਜਾਂ ਜਿਹੜੇ ਦੂਜੇ ਦੁਕਾਨਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਸਮਾਨ ਜਿਹੜਾ ਵਾ ਖਾਣ ਪੀਣ ਦਾ ਮਹਿੰਗਾ ਕਿਉਂ ਮਿਲ ਰਿਹਾ ਵਾ? ਇਸ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕੈਪਟਨ ਹਰਪੰਤ ਸਿੰਘ ਨੇ, ਜੋ ਕਿ ਆਰਮੀ ਦੇ ਵਿੱਚੋਂ ਸੇਵਾ ਮੁਕਤ ਹੋਏ ਨੇ, ਉਹਨਾਂ ਦੀ ਇਹ ਕੰਟੀਨ ਜਿਹੜੀ ਹੈ ਆਰਮੀ ਕੰਟੀਨ ਜਿਹੜੀ ਖੋਲ੍ਹੀ ਹੈਗੀ ਹੈ ਅਰਧ ਸੈਨਿਕ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਆਮ ਦੁਕਾਨਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਕੌਣ ਕੌਣ ਭਾਈਵਾਲ ਹੁੰਦਾ ਵਾ, ਜਿਹੜੀਆਂ ਸਮਾਨ ਜਿਹੜਾ ਖਾਣ ਪੀਣ ਦਾ ਉਹ ਮਹਿੰਗਾ ਮਿਲਦਾ ਹੈਗਾ, ਅਤੇ ਇਹ ਕੰਟੀਨਾਂ ਦੇ ਵਿੱਚ ਜਿਹੜਾ ਸਮਾਨ ਵਾ ਉਹ ਸਸਤਾ ਕਿਉਂ ਮਿਲਦਾ ਹੈਗਾ? ਆਮ ਜਿਹੜੇ ਲੋਕ ਹੈਗੇ ਨੇ, ਜਿਹੜੇ ਪਬਲਿਕ ਹੈਗੀ ਆ, ਉਹਨਾਂ ਨੂੰ ਸਮਾਨ ਜਿਹੜਾ ਵਾ ਕਿਸ ਤਰ੍ਹਾਂ ਦੇ ਨਾਲ ਸਸਤਾ ਮਿਲ ਸਕਦਾ? ਇਹਨਾਂ ਕੰਟੀਨਾਂ ਦੇ ਵਿੱਚੋਂ ਜਦੋਂ ਸਮਾਨ ਪਹੁੰਚਦਾ ਤਾਂ ਕਿਹੜੇ ਕਿਹੜੇ ਭਾਈਵਾਲ ਨੇ ਜਿਹੜੇ ਵਿੱਚ ਬਿਲਕੁਲ ਵਿੱਚੋਂ ਕੱਢ ਦਿੱਤੇ ਜਾਂਦੇ ਨੇ ਜਿਹੜਾ ਸਮਾਨ ਸਸਤਾ ਮਿਲਦਾ? ਕੈਪਟਨ ਸਾਹਿਬ ਦੱਸ ਦਿਓ ਜੀ, ਜਿਸ ਤਰ੍ਹਾਂ ਦੇ ਨਾਲ ਆਮ ਇੱਕ ਆਪਾਂ ਦੁਕਾਨ 'ਤੇ ਜਾਂਦੇ ਹਾਂ, ਲੋਕ ਕਾਫੀ ਚੀਕਾਂ ਮਾਰਦੇ ਆ ਕਿ ਸਮਾਨ ਬੜਾ ਮਹਿੰਗਾ ਮਿਲਦਾ, ਮਹਿੰਗਾਈ ਬੜੀ ਹੋ ਗਈ ਹੈ, ਲੇਕਿਨ ਤੁਸੀਂ ਕਹਿ ਰਹੇ ਵੀ ਕੰਟੀਨਾਂ ਦੇ ਸਮਾਨ ਜਿਹੜਾ ਸਸਤਾ ਮਿਲਦਾ, ਕੀ ਕਾਰਨ ਵਾ ਆਮ ਇੱਕ ਸ਼ੋਪਸ ਦੇ ਨਾਲੋਂ ਜਿਹੜੀ ਕੰਟੀਨ 'ਚ ਸਮਾਨ ਸਸਤਾ ਮਿਲਦਾ? ਇੱਕ ਕਾਰਨ ਇਹਦਾ ਆਪਣਾ ਮੈਕਸੀਮਮ ਕਾਰਨ ਇਹਦੇ ਇਹ ਹੈ ਕਿ ਕਿਉਂਕਿ ਜਿਹੜੇ ਕੰਟੀਨ 'ਚ ਸਮਾਨ ਆ ਰਿਹਾ ਹੈਗਾ ਇਹ ਡਾਇਰੈਕਟ ਕੰਪਨੀ 'ਚੋਂ ਆ ਰਿਹਾ ਹੈ, ਜਿਹੜਾ ਕਿ ਇੱਕ ਹੀ ਸਟੋਰ ਹੈਗਾ ਜੰਮੂ ਦੇ ਵਿੱਚ, ਉੱਥੋਂ ਡਾਇਰੈਕਟ ਇੱਥੋਂ ਸਾਨੂੰ ਜਾਣੀ ਕਿ ਕੰਟੀਨ ਦੇ ਵਿੱਚ ਸਪਲਾਈ ਹੋ ਰਿਹਾ। ਲੇਕਿਨ ਬਾਜ਼ਾਰਾਂ ਦੇ ਵਿੱਚ ਕੀ ਹੋ ਰਿਹਾ ਹੈਗਾ ਕਿ ਕੰਪਨੀ ਤੋਂ ਲੈ ਕੇ ਰਿਟੇਲਰ ਤੱਕ ਯਾਨੀ ਕਿ ਗ੍ਰਾਹਕ ਤੱਕ ਪਹੁੰਚਣ ਲੱਗਿਆਂ ਕਾਫੀ ਯਾਨੀ ਕਿ ਵਿੱਚ ਸਟਾਪੇਜ ਹੈਗੇ ਨੇ, ਯਾਨੀ ਕਿ ਜਿਨ੍ਹਾਂ ਜਗ੍ਹਾ ਦੇ ਉੱਤੇ ਸਮਾਨ ਰੁਕਦਾ ਹੈਗਾ ਉਹਨਾਂ ਜਗ੍ਹਾ ਦੇ ਉੱਤੇ ਆਪਣਾ ਸਮਾਨ ਦੇ ਉੱਤੇ ਲੇਬਰ ਲੱਗਦੀ ਹੈਗੀ, ਐਡੀਸ਼ਨਲ ਉਤਰਾਅ ਚੜ੍ਹਾਅ, ਯਾਨੀ ਕਿ ਇਹਨਾਂ ਦੇ ਉੱਤੇ ਕਾਫੀ ਖਰਚੇ ਹੁੰਦੇ ਨੇ ਕੰਪਨੀ ਦੇ, ਜਿਹਦੇ ਕਰਕੇ ਕਿ ਥੱਲੇ ਪਹੁੰਚਦਾ ਸਮਾਨ ਜਿਹੜਾ ਕਿ ਕਾਫੀ ਮਹਿੰਗਾ ਹੋ ਜਾਂਦਾ ਹੈਗਾ, ਕਿਉਂਕਿ ਹਰ ਬੰਦਾ ਲੇਬਰ ਜਿਹੜੀ ਹੈ ਸਹਿਣ ਨਹੀਂ ਕਰ ਸਕਦਾ ਹੈਗਾ, ਉਹਨੇ ਉਸੇ ਸਮਾਨ ਦੇ ਵਿੱਚ ਹੀ ਐਡਜਸਟ ਕਰਨੀ ਹੁੰਦੀ ਹੈਗੀ ਹੈ। ਲੇਕਿਨ ਜਿਹੜੀ ਅਰਧ ਸੈਨਿਕ ਕੰਟੀਨ ਹੈਗੀ ਹੈ ਇਹਦੇ ਵਿੱਚ ਜਿਹੜਾ ਵੀ ਸਮਾਨ ਆ ਰਿਹਾ ਹੈਗਾ ਇੱਕ ਹੀ ਵਿੱਚ ਸਿਰਫ ਡੀਪੂ ਹੈਗਾ, ਕੰਪਨੀ ਤੋਂ ਸਿੱਧਾ ਡੀਪੂ 'ਚ ਸਮਾਨ ਜਾਂਦਾ ਹੈਗਾ, ਡੀਪੂ ਤੋਂ ਸਿੱਧਾ ਜਿਹੜਾ ਕਿ ਕੰਟੀਨਾਂ ਦੇ ਵਿੱਚ ਆਉਂਦਾ ਹੈਗਾ, ਤਾਂ ਕਿ ਲੋਕਾਂ ਨੂੰ ਸਸਤਾ ਸਮਾਨ ਇਸ ਕਰਕੇ ਮਿਲ ਸਕਦਾ ਹੈਗਾ, ਜਿਹਦੇ ਕਰਕੇ ਇਹ ਕਿ ਗ੍ਰਹਿਣੀਆਂ ਦਾ ਬਜਟ ਜਿਹੜਾ ਜਾਂ ਹਰ ਇੱਕ ਆਦਮੀ ਦਾ ਬਜਟ ਜਿਹੜਾ ਉਹ ਸੀਮਤ ਰਹਿ ਸਕਦਾ ਹੈਗਾ। ਇਹੀ ਕਾਰਨ ਵਾ ਕਿ ਜਿਹੜੇ ਵਿੱਚੋਂ ਦਲਾਲੀ ਹੁੰਦੇ ਨੇ ਜਾਂ ਜਿਹੜੇ ਹੋਰ ਲੇਬਰ ਹੁੰਦੀ ਆ, ਅਨਲੋਡਿੰਗ ਲੋਡਿੰਗ ਦਾ ਖਰਚਾ ਪੈਂਦਾ ਵਾ, ਉਹ ਖਰਚਾ ਵੀ ਫਿਰ ਲੋਕ ਜਿਹੜੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ ਉਹ ਗ੍ਰਾਹਕਾਂ ਤੋਂ ਵਸੂਲਦੇ ਨੇ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਕੋਈ ਵੀ ਆਦਮੀ ਆਪਣੀ ਪਾਕਟ 'ਚੋਂ ਉਹ ਖਰਚਾ ਨਹੀਂ ਦੇ ਸਕਦਾ ਹੈਗਾ, ਜਿਹਦਾ ਜਿੱਥੇ ਵੀ ਯਾਨੀ ਕਿ ਅਗਰ ਮੰਨ ਲਓ ਇੱਕ ਜਗ੍ਹਾ ਤੋਂ ਜਾ ਕੇ ਦੂਸਰੀ ਜਗ੍ਹਾ, ਸਪੋਜ਼ ਕਰੋ ਅਸੀਂ ਹੀ ਅਗਰ ਮੰਨ ਲਓ ਪਠਾਨਕੋਟ ਤੋਂ ਜਾਂ ਗੁਰਦਾਸਪੁਰ ਤੋਂ ਅਸੀਂ ਅੰਮ੍ਰਿਤਸਰ ਜਾ ਰਹੇ ਹੈਗੇ ਹਾਂ, ਅਸੀਂ ਅਗਰ ਡਾਇਰੈਕਟ ਬੱਸ ਲਈ ਹੈਗੀ ਹੈ ਉਹਦੇ ਉੱਤੇ ਘੱਟ ਖਰਚਾ ਲੱਗ ਰਿਹਾ ਹੈਗਾ, ਅਗਰ ਅਸੀਂ ਟੋਟਵੀਂ ਬੱਸ ਯਾਨੀ ਕਿ ਇੱਥੋਂ ਅਸੀਂ ਫੜ ਲਈ ਬਟਾਲੇ ਤੱਕ ਫੜ ਲਈ ਜਾਂ ਧਾਰੀਵਾਲ ਤੱਕ ਫੜ ਲਈ, ਅੱਗੇ ਬਟਾਲੇ ਦੀ ਫੜ ਲਈ, ਉਹਦੇ ਉੱਤੇ ਕਿਰਾਇਆ ਸਾਡਾ ਯਾਨੀ ਕਿ ਹਮੇਸ਼ਾ ਜ਼ਿਆਦਾ ਹੋ ਜਾਂਦਾ ਹੈਗਾ। ਇਹੋ ਹੀ ਕਾਰਨ ਹੈਗਾ ਕਿ ਸਮਾਨ ਜਿਹੜਾ ਹੈਗਾ ਸਾਨੂੰ ਮਹਿੰਗਾ ਮਿਲਦਾ ਹੈਗਾ।
ਲੋਕ ਇਹ ਵੀ ਕਹਿੰਦੇ ਆ ਕਿ ਆਪਾਂ ਪੈਸੇ ਵੀ ਵਧੀਆ ਖਰਚੇ ਹੈਗੇ ਨੇ, ਚੀਜ਼ ਵਧੀਆ ਲਈ ਆ, ਕੰਪਨੀ ਚੀਜ਼ ਲਈ ਆ, ਲੇਕਿਨ ਚੀਜ਼ ਜਿਹੜੀ ਆ ਮਾੜੀ ਨਿਕਲੀ ਆ ਜਾਂ ਉਹ 'ਚ ਮਿਲਾਵਟ ਹੁੰਦੀ ਆ, ਉਹ ਕੀ ਕਾਰਨ ਬਣਦਾ ਫਿਰ? ਮਿਲਾਵਟ ਦਾ ਕਾਰਨ ਐਕਚੁਅਲ ਮਹਿੰਗਾਈ ਹੀ ਮਾਰ ਦੇ ਰਹੀ ਹੈਗੀ ਹੈ। ਯਾਨੀ ਕਿ ਅਗਰ ਮਹਿੰਗਾਈ ਹੁੰਦੀ ਹੈਗੀ ਹੈ ਅਤੇ ਉਹਦੇ ਵਿੱਚ ਹਰ ਇੱਕ ਆਦਮੀ ਕੋਸ਼ਿਸ਼ ਕਰਦਾ, ਕੋਸ਼ਿਸ਼ ਤਾਂ ਨਹੀਂ ਕਰਦਾ ਹੈਗਾ, ਲੇਕਿਨ ਉਹ ਹੁੰਦਾ ਹੈ ਕਿ ਸਾਨੂੰ ਉਹਦੇ ਵਿੱਚ ਡਾਊਟ ਵੀ ਪੈ ਜਾਂਦੇ ਹੈ, ਯਾਨੀ ਕਿ ਹੋ ਸਕਦਾ ਇਹਦੇ ਵਿੱਚ ਮਿਲਾਵਟ ਹੋਵੇ, ਜਾਂ ਕਈ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦਾ ਯਾਨੀ ਕਿ ਰਿਲੀਫ ਯਾਨੀ ਕਿ ਸੇਮ ਨਾਂ ਦੇ ਉੱਤੇ ਦੂਸਰੀ ਯਾਨੀ ਕਿ ਥੋੜ੍ਹਾ ਜਿਹਾ ਚੇਂਜਿੰਗ ਕਰਕੇ ਦੂਸਰੀ ਚੀਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਸ਼ਾਇਦ ਉਹ ਆਪਣਾ ਮਹਿੰਗੀ ਹੋਵੇ। ਇਸ ਕਰਕੇ ਉਹਨਾਂ ਦਾ ਯਾਨੀ ਕਿ ਜਿਹੜਾ ਰੇਟ ਹੈ ਕਾਫੀ ਚੇਂਜਿੰਗ ਹੋ ਜਾਂਦਾ ਹੈਗਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਸਾਡੀ ਤੁਹਾਡੀ ਜਿਹੜੀ ਹੈਗੀ ਆ ਅਰਧ ਸੈਨਿਕ ਕੰਟੀਨ ਹੈਗੀ ਆ, ਇਹਦੇ ਵਿੱਚ ਜਿਹੜਾ ਪਿਓਰਟੀ ਦਾ ਕਿੱਦਾਂ ਧਿਆਨ ਰੱਖਿਆ ਗਿਆ ਵਾ, ਤੁਹਾਨੂੰ ਪਤਾ ਲੱਗਦਾ ਬੜੀ ਸ਼ੁੱਧ ਚੀਜ਼ ਆ ਰਹੀ ਹੈਗੀ? ਬਿਲਕੁਲ, ਕਿਉਂਕਿ ਇੱਕ ਇੱਕ ਤਾਂ ਇੱਥੇ ਕੋਈ ਵੀ ਚੀਜ਼ ਤੁਹਾਨੂੰ ਲੂਜ਼ ਨਹੀਂ ਮਿਲਣੀ ਹੈਗੀ, ਯਾਨੀ ਕਿ ਇੱਥੇ ਤੋਲ ਕੇ ਕੁਛ ਵੀ ਨਹੀਂ ਮਿਲਣਾ ਹੈਗਾ, ਤੁਹਾਨੂੰ ਆਲਰੇਡੀ ਤੋਲਿਆ ਹੋਇਆ ਸਮਾਨ ਪੈਕ ਕੀਤਾ ਹੋਇਆ ਸਮਾਨ ਮਿਲੇਗਾ ਜਿਹੜਾ ਕਿ ਪਿੱਛੋਂ ਹੀ ਪੈਕ ਆ ਰਿਹਾ ਹੈਗਾ। ਇਸ ਕਰਕੇ ਕੰਪਨੀ ਤੋਂ ਡਾਇਰੈਕਟ ਚੱਲਿਆ ਹੋਇਆ ਉਹ ਪੈਕ ਮਟੀਰੀਅਲ ਹੈਗਾ, ਇਸ ਕਰਕੇ ਇਹਦੀ ਸ਼ੁੱਧਤਾ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈਗਾ, ਯਾਨੀ ਕਿ ਔਰ ਪੂਰਾ ਸ਼ੁੱਧਤਾ ਦੇ ਮੁਤਾਬਿਕ ਹੈਗਾ। ਇਸ ਕਰਕੇ ਲੋਕ ਜਿਹੜੇ ਵਿਸ਼ਵਾਸ ਕਰ ਸਕਦੇ ਨੇ? ਬਿਲਕੁਲ, ਇਸ ਕਰਕੇ ਇਹਦੇ ਉੱਤੇ ਲੋਕ ਪੂਰਾ ਵਿਸ਼ਵਾਸ ਕਰ ਸਕਦੇ ਆ, ਕੋਈ ਯਾਨੀ ਕਿ ਇਹਦੇ ਵਿੱਚ ਗੁੰਜਾਇਸ਼ ਹੀ ਨਹੀਂ ਹੈਗੀ ਕਿ ਯਾਨੀ ਕਿ ਇਹਦੇ ਵਿੱਚ ਕੋਈ ਯਾਨੀ ਕਿ ਮਿਲਾਵਟ ਹੋ ਸਕਦੀ ਹੈਗੀ ਹੈ। ਜਿਸ ਤਰ੍ਹਾਂ ਲੋਕ ਕਹਿ ਰਹੇ ਨੇ ਕਿ ਮਹਿੰਗਾਈ ਬੜੀ ਵਧ ਗਈ ਹੈ, ਲੱਗਦਾ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸਮਝਣਾ ਪਏਗਾ ਕਿ ਅਸੀਂ ਬਾਹਰਲੀਆਂ ਸ਼ੋਪਾਂ ਤੋਂ ਛੱਡ ਕੇ ਜਿੱਦਾਂ ਜਿਹੜੀਆਂ ਆਰਮੀ ਕੰਟੀਨਾਂ ਹੈਗੀਆਂ ਨੇ, ਜਿੱਦਾਂ ਤੁਸੀਂ ਅਰਧ ਸੈਨਿਕ ਜਿਹੜੀ ਕੰਟੀਨ ਖੋਲੀ ਹੈਗੀ, ਇਹਨਾਂ ਦਾ ਰੁੱਖ ਕਰਨਾ ਚਾਹੀਦਾ ਹੈਗਾ? ਬਿਲਕੁਲ ਸਹੀ ਗੱਲ ਹੈ ਤੁਹਾਡੀ, ਇਹ ਲੋਕਾਂ ਦਾ ਫਰਜ਼ ਬਣਦਾ ਹੈਗਾ ਕਿਉਂਕਿ ਅੱਜ ਕੱਲ੍ਹ ਲੋਕ ਪੜ੍ਹੇ ਲਿਖੇ ਨੇ, ਅਵੇਅਰ ਹੈਗੇ ਨੇ, ਹਰ ਆਦਮੀ ਯਾਨੀ ਕਿ ਜਦੋਂ ਰੇਟ ਔਰ ਮਾਰਜਨ ਯਾਨੀ ਕਿ ਦੇਖਦਾ ਹੈਗਾ ਕਿ ਮੈਨੂੰ ਇਹਦੀ ਕੀਮਤ ਕਿੰਨੀ ਹੈਗੀ ਔਰ ਇਹਦੇ ਵਿੱਚ ਮਾਰਜਨ ਕਿੰਨਾ ਹੈਗਾ, ਉਸ ਹਿਸਾਬ ਦਾ ਯਾਨੀ ਕਿ ਉਹਨੂੰ ਇਹ ਕੰਟੀਨਾਂ ਦਾ ਰੁੱਖ ਕਰਨਾ ਜ਼ਰੂਰੀ ਹੈਗਾ ਉਹਦੇ ਵਾਸਤੇ। ਬਿਲਕੁਲ, ਇਹ ਆਰਮੀ 'ਚੋਂ ਸੇਵਾ ਮੁਕਤ ਹੋਏ ਕੈਪਟਨ ਸਾਹਿਬ ਨੇ, ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਜਿਹੜੀ ਮਹਿੰਗਾਈ ਆ ਉਹ ਕਿਤੇ ਨਾ ਕਿਤੇ ਜ਼ਰੂਰ ਵੱਧਦੀ ਜਾ ਰਹੀ ਹੈ, ਲੇਕਿਨ ਲੋਕਾਂ ਨੂੰ ਵੀ ਅਜਿਹੀਆਂ ਕੰਟੀਨਾਂ ਦਾ ਰੁੱਖ ਕਰਨਾ ਚਾਹੀਦਾ ਜੋ ਕਿ ਆਰਮੀ ਦੀਆਂ ਕੰਟੀਨਾਂ ਹੈਗੀਆਂ ਨੇ, ਜਿਸ ਤਰ੍ਹਾਂ ਦੇ ਨਾਲ ਇਹ ਅਰਧ ਸੈਨਿਕ ਕੰਟੀਨ ਜਿਹੜੀ ਹੈ ਗੁਰਦਾਸਪੁਰ ਦੇ ਵਿੱਚ ਖੋਲ੍ਹੀ ਗਈ ਹੈਗੀ ਆ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਇੱਕ ਜਗ੍ਹਾ ਤੋਂ ਸਮਾਨ ਜਿਹੜਾ ਦੁਕਾਨਾਂ 'ਤੇ ਪਹੁੰਚਦਾ ਤਾਂ ਆਟੋਮੈਟਿਕਲੀ ਉਹਨਾਂ ਦਾ ਰੇਟ ਜਿਹੜਾ ਵਾ ਜ਼ਰੂਰ ਵੱਧ ਜਾਂਦਾ, ਲੇਕਿਨ ਜਿਹੜੀਆਂ ਕੰਟੀਨਾਂ ਹੈਗੀਆਂ ਨੇ ਇਹਨਾਂ ਦਾ ਸਮਾਨ ਜਿਹੜਾ ਵਾ ਸਿੱਧਾ ਇੱਕ ਗੋਦਾਮ ਤੋਂ ਜਾਂ ਕੰਪਨੀ ਤੋਂ ਹੀ ਆਉਂਦਾ, ਜਿਸ ਕਰਕੇ ਇਹਨਾਂ ਦੇ ਰੇਟ ਜਿਹੜੇ ਨੇ ਘੱਟ ਹੁੰਦੇ ਹੈਗੇ ਨੇ। ਇਸ ਲਈ ਮਹਿੰਗਾਈ ਤੋਂ ਬਚਣ ਦੇ ਲਈ ਆਮ ਲੋਕਾਂ ਨੂੰ ਵੀ ਇਹਨਾਂ ਕੰਟੀਨਾਂ ਦਾ ਰੁੱਖ ਕਰਨਾ ਬਹੁਤ ਜ਼ਰੂਰੀ ਹੈ। ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਵਤਾਰ ਸਿੰਘ, ਦੈਨਿਕ ਸਵੇਰਾ ਟੀਵੀ, ਗੁਰਦਾਸਪੁਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।